ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਮੰਜੇ ਬਿਸਤਰੇ 2 ਮੂਵੀ ਬਾਰੇ, ਜੋ ਕਿ ਅੱਜ 12 ਅਪ੍ਰੈਲ 2019 ਨੂੰ ਰਿਲੀਜ਼ ਹੋ ਚੁੱਕੀ ਆ। ਓ ਮੈਂ ਤਾਂ ਆਪਣੇ ਹੱਥੀ ਲੱਡੂ ਬੱਚਨ ਨੂੰ ਤਰਸ ਗਿਆ। ਓ ਬਾਪੂ, ਤੂੰ ਲੱਡੂ ਛਿੱਕੂ ਵਟਣੇ, ਤੂੰ ਤਾਂ ਸਬੂਤਾ ਲੱਡੂ ਹੱਥ 'ਚ ਫੜ ਲੈ, ਜਿੰਨੇ ਤੇਰੇ ਹੱਥ ਕੰਬਦੇ ਤੂੰ ਤੇ ਉਹਦੀ ਬੂੰਦੀ ਬਣਾ ਦੇ। ਤੇ ਦੋਸਤੋ, ਇਸ ਮੂਵੀ ਦਾ ਟ੍ਰੇਲਰ 15 ਮਾਰਚ 2019 ਨੂੰ ਰਿਲੀਜ਼ ਹੋਇਆ ਸੀ। ਇਸ ਮੂਵੀ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਜਿਸ ਤੇ ਹੁਣ ਤੱਕ ਲਗਭਗ 7 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਹੋ ਚੁੱਕੇ ਆ। ਤੇ ਦੋਸਤੋ, ਮੰਜੇ ਬਿਸਤਰੇ 2 ਮੂਵੀ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਭੀੜ ਬਹੁਤ ਜ਼ਿਆਦਾ, ਹਰ ਕੋਈ ਮੰਜੇ ਬਿਸਤਰੇ 2 ਮੂਵੀ ਦੀ ਗੱਲ ਕਰ ਰਿਹਾ। ਜੇ ਆਪਾਂ ਸੋਸ਼ਲ ਮੀਡੀਆ 'ਤੇ ਗੱਲ ਕਰੀਏ, ਜਾਂ ਇਸ ਤੋਂ ਬਿਨਾਂ ਆਪਾਂ ਜੇ ਥੀਏਟਰਸ ਮੌਲਸ ਦੇ ਵਿੱਚ ਜਾ ਕੇ ਦੇਖੀਏ, ਤਾਂ ਮੰਜੇ ਬਿਸਤਰੇ 2 ਮੂਵੀ ਨੂੰ ਬਹੁਤ ਲੋਕ ਪਸੰਦ ਕਰ ਰਹੇ ਆ। ਸਾਡੀ ਬਹੁਤ ਸਾਰੇ ਲੋਕਾਂ ਨਾਲ ਗੱਲ ਵੀ ਹੋਈ, ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਮੰਜੇ ਬਿਸਤਰੇ 2 ਮੂਵੀ ਦੀ ਬਹੁਤ ਜ਼ਿਆਦਾ ਪ੍ਰੇਜ਼ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਮੰਜੇ ਬਿਸਤਰੇ 2 ਮੂਵੀ ਮੰਜੇ ਬਿਸਤਰੇ ਜੋ ਫਸਟ ਮੂਵੀ ਆਈ ਸੀ ਉਸ ਤੋਂ ਵੀ ਜ਼ਿਆਦਾ ਵਧੀਆ। ਦੋਸਤੋ, ਇਸ ਮੂਵੀ ਨੂੰ ਡਾਇਰੈਕਟ ਕੀਤਾ ਬਲਜੀਤ ਸਿੰਘ ਦਿਓ ਨੇ, ਅਤੇ ਇਸ ਮੂਵੀ ਦੀ ਜੇ ਆਪਾਂ ਸਟਾਰਕਾਸਟ ਦੀ ਗੱਲ ਕਰੀਏ, ਇਸ ਮੂਵੀ ਵਿੱਚ ਗਿੱਪੀ ਗਰੇਵਾਲ ਹੀਰੋ ਦਾ ਰੋਲ ਕਰ ਰਹੇ ਆ, ਨਾਲ ਉਹਨਾਂ ਦੇ ਸਿੰਮੀ ਚਾਵਲਾ, ਗੁਰਪ੍ਰੀਤ ਘੁੱਗੀ, ਬੀਅਨ ਸ਼ਰਮਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਕਰਮਜੀਤ ਅਨਮੋਲ, ਅਤੇ ਇਸ ਤੋਂ ਬਿਨਾਂ ਵੀ ਇਸ ਦੀ ਸਾਰੀ ਸਟਾਰਕਾਸਟ ਹੀ ਬਹੁਤ ਜ਼ਿਆਦਾ ਵਧੀਆ, ਅਤੇ ਸਾਰੇ ਨਾਮਵਰ ਐਕਟਰਾਂ ਨੇ ਇਸ ਫਿਲਮ ਵਿੱਚ ਕੰਮ ਕੀਤਾ। ਇਸ ਫਿਲਮ ਦੀ ਸਟੋਰੀ, ਸਕਰੀਨ ਪਲੇ ਅਤੇ ਪ੍ਰੋਡਿਊਸ ਬਾਈ ਗਿੱਪੀ ਗਰੇਵਾਲ ਨੇ ਕੀਤਾ। ਦੋਸਤੋ, ਜਿਵੇਂ ਆਪਾਂ ਜਾਣਦੇ ਕਿ ਬਾਈ ਗਿੱਪੀ ਗਰੇਵਾਲ ਬਹੁਤ ਹੀ ਵਧੀਆ ਸਿੰਗਰ ਅਤੇ ਐਕਟਰ ਆ, ਉਹਨਾਂ ਨੇ ਪਹਿਲਾਂ ਵੀ ਬਹੁਤ ਹੀ ਵਧੀਆ ਵਧੀਆ ਅਤੇ ਸੁਪਰ ਹਿੱਟ ਫਿਲਮਾਂ ਪੰਜਾਬੀਆਂ ਦੀ ਝੋਲੀ ਪਾਈਆਂ, ਜਿਵੇਂ ਕੈਰੀਆਂ ਜੱਟਾ, ਅਰਦਾਸ, ਮੰਜੇ ਬਿਸਤਰੇ, ਅਤੇ ਇਸ ਤੋਂ ਬਿਨਾਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਹੁਣ ਤੱਕ ਸੁਪਰ ਹਿੱਟ ਰਹੀਆਂ। ਦੋਸਤੋ, ਜੇ ਆਪਾਂ ਮੰਜੇ ਬਿਸਤਰੇ 2 ਮੂਵੀ ਦੀ ਗੱਲ ਕਰੀਏ, ਤਾਂ ਇਹ ਇੰਟਰਟੇਨਮੈਂਟ ਦੀ ਆਪਾਂ ਕਹਿ ਸਕਦੇ ਹਾਂ ਕਿ ਫੁੱਲ ਡੋਜ਼ ਆ, ਕਿਉਂਕਿ ਇਸ ਵਿੱਚ ਸਾਨੂੰ ਰੋਮਾਂਸ ਵੀ ਦੇਖਣ ਨੂੰ ਮਿਲੂਗਾ, ਕੌਮੇਡੀ ਵੀ ਆ, ਇਮੋਸ਼ਨਸ ਵੀ ਆ, ਹਾਸੇ ਠੱਠੇ ਇਸ ਮੂਵੀ ਵਿੱਚ ਬਹੁਤ ਜ਼ਿਆਦਾ। ਜੇਕਰ ਤੁਸੀਂ ਟੈਨਸ਼ਨ ਪਰੇਸ਼ਾਨੀ ਵਿੱਚ ਹੋ ਤਾਂ ਤੁਹਾਨੂੰ ਜਾ ਕੇ ਇੱਕ ਵਾਰੀ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ, ਕਿਉਂਕਿ ਇਸ ਮੂਵੀ ਨੂੰ ਦੇਖ ਕੇ ਬੰਦਾ ਸਭ ਟੈਨਸ਼ਨਾਂ ਪਰੇਸ਼ਾਨੀਆਂ ਭੁੱਲ ਜਾਂਦਾ। ਸੋ ਬਾਈ ਗਿੱਪੀ ਗਰੇਵਾਲ ਜੀ ਵਧਾਈ ਦੇ ਪਾਤਰ ਆ, ਜਿਨ੍ਹਾਂ ਨੇ ਇੰਨੀ ਸੋਹਣੀ ਮੂਵੀ ਲਿਖੀ ਅਤੇ ਬਣਾਈ, ਜਿਸ ਨੂੰ ਦਰਸ਼ਕ ਬਹੁਤ ਜ਼ਿਆਦਾ ਪਸੰਦ ਕਰ ਰਿਹਾ। ਬਾਕੀ ਦੋਸਤੋ, ਇਸ ਮੂਵੀ ਤੋਂ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਜਾਣਨ ਦਾ ਵੀ ਬਹੁਤ ਵੱਡਾ ਮੌਕਾ ਮਿਲਦਾ, ਕਿਉਂਕਿ ਜੋ ਯੰਗ ਜਨਰੇਸ਼ਨ ਆ ਉਹ ਪਿਛਲੇ ਸਮੇਂ ਬਾਰੇ ਨਹੀਂ ਜਾਣਦੀ ਕਿ ਪਹਿਲਾਂ ਵਿਆਹ ਕਿਵੇਂ ਹੁੰਦੇ ਸੀ। ਸੋ ਬਾਈ ਗਿੱਪੀ ਗਰੇਵਾਲ ਹੋਰਾਂ ਨੇ ਇਸ ਮੂਵੀ ਨੂੰ ਬਣਾ ਕੇ ਇਹ ਵੀ ਸਾਬਤ ਕੀਤਾ ਕਿ ਉਹ ਪੰਜਾਬੀ ਮਾਂ ਬੋਲੀ ਨਾਲ ਕਿੰਨਾ ਜੁੜੇ ਹੋਏ ਆ, ਉਹ ਆਪਣੇ ਸੱਭਿਆਚਾਰ ਨੂੰ ਕਿੰਨਾ ਪਿਆਰ ਕਰਦੇ ਆ। ਅਤੇ ਦੋਸਤੋ, ਇਸ ਦੇ ਨਾਲ ਹੀ ਮੰਜੇ ਬਿਸਤਰੇ 2 ਮੂਵੀ ਵਿੱਚ ਜੋ ਸਾਡੇ ਪੰਜਾਬੀ ਭਰਾ ਕੈਨੇਡਾ ਜਾਂ ਹੋਰ ਵਿਦੇਸ਼ਾਂ ਵਿੱਚ ਵੱਸਦੇ ਆ, ਉਹਨਾਂ ਦਾ ਉੱਥੇ ਰਹਿਣ ਸਹਿਣ ਵੀ ਦਿਖਾਇਆ ਗਿਆ। ਪਤਾ ਲੱਗਦਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਉੱਥੇ ਹੀ ਪੰਜਾਬ ਵਸਾ ਲੈਂਦੇ ਆ। ਸੋ ਇਸ ਮੂਵੀ ਵਿੱਚ ਬਾਈ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਟੀਮ ਨੇ ਕੈਨੇਡਾ ਵਿੱਚ ਜਾ ਕੇ ਮੰਜੇ ਬਿਸਤਰੇ ਇਕੱਠੇ ਕੀਤੇ ਆ, ਅਤੇ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਸੀ ਮੂਵੀ ਨੂੰ ਦੇਖ ਕੇ ਕਿ ਇਹ ਵਿਆਹ ਪੰਜਾਬ ਵਿੱਚ ਹੋ ਰਿਹਾ, ਕੋਈ ਕੈਨੇਡਾ ਵਿੱਚ ਨਹੀਂ। ਸੋ ਮੈਂ ਮੂਵੀ ਨੂੰ ਦੇਖਣ ਤੋਂ ਬਾਅਦ ਸੋਚਿਆ ਕਿਉਂ ਨਾ ਇਸ ਮੂਵੀ ਬਾਰੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ, ਤਾਂ ਜੋ ਤੁਸੀਂ ਵੀ ਜਾ ਕੇ ਇਸ ਮੂਵੀ ਨੂੰ ਦੇਖੋ ਅਤੇ ਖੂਬ ਇੰਜੋਏ ਕਰੋ। ਇਹ ਮੂਵੀ ਦੋਸਤੋ ਬਹੁਤ ਹੀ ਵਧੀਆ, ਮੈਨੂੰ ਪਰਸਨਲੀ ਇਹ ਮੂਵੀ ਬਹੁਤ ਵਧੀਆ ਲੱਗੀ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਇਸ ਮੂਵੀ ਨੂੰ ਜਾ ਕੇ ਥੀਏਟਰਸ ਵਿੱਚ ਜ਼ਰੂਰ ਦੇਖੋ, ਕਿਉਂਕਿ ਜੇਕਰ ਅਸੀਂ ਵਧੀਆ ਮੂਵੀਜ਼ ਨੂੰ ਐਪਰੀਸ਼ੀਏਟ ਕਰਾਂਗੇ, ਉਹਨਾਂ ਨੂੰ ਸਲਾਹਾਂਗੇ, ਤਾਂ ਅੱਗੇ ਵੀ ਸਾਡੇ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਹੈਗੇ ਆ ਉਹ ਵਧੀਆ ਵਧੀਆ ਫਿਲਮਾਂ ਪੰਜਾਬੀਆਂ ਦੀ ਝੋਲੀ ਪਾਉਣਗੇ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਮੂਵੀ ਬਹੁਤ ਵਧੀਆ ਸੀ ਅਤੇ ਇਸ ਮੂਵੀ ਨੂੰ ਅਸੀਂ ਖੂਬ ਇੰਜੋਏ ਕੀਤਾ। ਜੇ ਆਪਾਂ ਇਸ ਮੂਵੀ ਨੂੰ ਸਟਾਰ ਦੇਣ ਦੀ ਗੱਲ ਕਰੀਏ,
ਤਾਂ ਮੈਂ ਇਸ ਮੂਵੀ ਨੂੰ 5 ਵਿੱਚੋਂ 4.5 ਸਟਾਰਸ ਦੇਊਂਗਾ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਕਹੂੰ ਕਿ ਇਸ ਮੂਵੀ ਨੂੰ ਜ਼ਰੂਰ ਦੇਖੋ। ਸੋ ਅਸੀਂ ਆਪਣੇ ਚੈਨਲ ਬੋਲੀ ਹੋਲੀ ਬਾਬਾ ਅਤੇ ਸਾਡੀ ਪੂਰੀ ਟੀਮ ਵੱਲੋਂ ਬਾਈ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਦੇਣ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਇਹ ਮੂਵੀ ਸੁਪਰ ਡੁਪਰ ਹਿੱਟ ਹੋਵੇ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ, ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੀ ਤੁਸੀਂ ਬਾਈ ਗਿੱਪੀ ਗਰੇਵਾਲ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਨਾਲ ਦੀ ਨਾਲ ਜੇਕਰ ਤੁਸੀਂ ਮੰਜੇ ਵਿਸਤਰੇ ਮੂਵੀ ਦੇਖ ਚੁੱਕੇ ਹੋ ਤਾਂ ਤੁਸੀਂ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਕਿ ਤੁਹਾਨੂੰ ਮੂਵੀ ਕਿਵੇਂ ਲੱਗੀ ਅਤੇ ਨਾਲ ਦੀ ਨਾਲ ਤੁਸੀਂ 5 ਵਿੱਚੋਂ ਸਟਾਰ ਵੀ ਦਿਓ ਕਿ ਇਸ ਮੂਵੀ ਨੂੰ ਤੁਸੀਂ ਕਿੰਨੇ ਸਟਾਰਸ ਦਿੰਦੇ ਹੋ। ਅਤੇ ਜੇਕਰ ਤੁਸੀਂ ਇਹ ਮੂਵੀ ਨਹੀਂ ਦੇਖੀ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਇਸ ਮੂਵੀ ਨੂੰ ਜ਼ਰੂਰ ਜਾ ਕੇ ਦੇਖੋ, ਤੁਸੀਂ ਖੂਬ ਇੰਜੋਏ ਕਰੋਗੇ। ਅਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਮੂਵੀ ਬਾਰੇ ਜਾਣ ਸਕਣ ਕਿ ਕਿਸ ਤਰ੍ਹਾਂ ਦੀ ਮੂਵੀ ਅਤੇ ਉਹ ਵੀ ਇਸ ਮੂਵੀ ਨੂੰ ਦੇਖਣ ਜਾਣ। ਅਤੇ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈੱਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਇਜ਼। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।